हाँ जी भी जी सारा भी सत श्रीकाल जी। संदीप डेयरी फार्म में थोड़ा बहुत बहुत वेलकम है जी। आज अपने विजिट हैगी है जी, पिंड भूमा है जी, जिला अमृतसर पैंदा, तहसील मजीठा पैंदी है जी। तो इन्हें भी अगर वीडियो बहुत बनाई जी, आप बहुत वधिया पशु होंगे जी, तो रेट भी बिल्कुल जायज़ जायज़ करते भीर होने। अज फिर इन्हें कुछ पशु सेल है जी, तो आओ हूँ भीर ने गलबात करिए कि इन्हें प्राइस की आ, तो की मिलक रिकॉर्ड आ। उस तो पहले भर जी रिक्वेस्ट क्या तुम पहलों कि जोड़े भीर पहले वीडियो वेख रहे हैं उन्होंने भी रिक्वेस्ट है कि अपने चैनल सबसक्राइब कर जी, तो घंटे बड़े जो दुकान देंगे तो नहीं जो आ सके भी जी। एक और रिक्वेस्ट आ, इतने आओ एक टाइम दो टाइम चॉइस करो तो पास कर ले जाओ। और भी जी एक सवाल होता दो टाइम की चॉइस जरूर करो, आज पूरी पास करो आके, ठीक है ना जी। हुण वीर नाल गलबात करिए आप। हाँ जी भाई, सत श्री अकाल जी। सत श्री अकाल जी वीर जी, की हाल चाल जी? और भाजी ठीक ठाक जी? ठीक ठाक वधिया वधिया। वधिया चल रहा क्या भाजी? काम चली जांदा जी वीर जी। वेख गया माल फिर? हाँ जी माल वेख गया, माल ते वीर अद्धे घंटे च वेख गया। माल भाव भी ठीक है? हाँ जी जायज रेट वीर, बिल्कुल जायज रेट करी, जायज रखा करोगे जी? सारे इलाके नूं वीर रेट मेरा जायज होगा। हाँ बिल्कुल जी बिल्कुल। चलो आज फिर किन्नी है जी? ਮਈਆਂ ਵੀਰ ਆਪਣੇ ਪਾਸ ਚਾਰ ਸੀ। ਹਾਂਜੀ ਤੇ ਇੱਕ ਮਈ ਤੇ ਤੇਰੇ 11 ਲਈ ਆ। ਠੀਕ ਆ। ਆ ਹੁਣੇ ਜੇ ਗਏ ਤੈਨੂੰ ਦੇਖ ਦੇਖ ਕੇ ਝੋਟੀ ਲਈ। ਅੱਛਾ ਕਪੂਰਥਲੇ ਦੇ ਭਾਈ? ਕਪੂਰਥਲੇ ਵਾਲੇ ਢਿੱਲੋ ਸਾਹਿਬ? ਹਾਂ ਢਿੱਲੋ ਸਾਹਿਬ। ਚਲੋ ਆ ਝੋਟੀ ਦਿੱਤੀ ਆ ਜਣਾ। ਅੱਛਾ ਆ ਲੈ ਗਏ, ਲੈ ਗਏ ਪੰਜ ਚਾਰ ਹੌਲੀ ਹੌਲੀ ਉਹ। ਤੇ ਵੇਗੀ ਜਣੋ? ਹਾਂ ਵੇਗੀ ਜੀ। ਚਲੋ ਠੀਕ ਆ। ਹਾਂਜੀ ਤਿੰਨ ਮਈਆਂ ਆਪਣੇ ਕੋਲ ਹੁਣ ਆਇਆ ਟਾਈਮ ਤੇ। ਚਲੋ ਭਾਈ ਸ਼ੁਰੂ ਜੀ। ਹਾਂਜੀ ਫਿਰ ਇਹਦੇ ਲੋਡ ਨਹੀਂ ਫਿਰ? ਨਹੀਂ ਨਹੀਂ ਇਹ ਇਧਰ ਆ ਗਏ ਫਿਰ, ਇਹ ਤੇ ਗੱਡੀ ਆਉਂਦੀ। ਹਾਂ ਬਾਕੀ ਇਹ ਸੂਆ ਜੀ, ਇਹ ਵੀ ਦੂਜੇ ਸੂਏ ਝੋਟੀ ਸੋਈ ਆ। ਹਾਂਜੀ ਤੇ ਕੋਈ ਮਹੀਨੇ ਨਹੀਂ ਸੋਈ ਆ ਬੱਚਾ। ਇੱਕ ਮਹੀਨਾ? ਚਲੋ ਜ਼ਿਆਦਾ ਵੀ ਹੋ ਸਕਦਾ ਮਾੜਾ ਮਾੜਾ ਟਾਈਮ। ਡੇਢ ਦੀ ਉਹ ਖਾਦਾ ਵੀ ਝੋਟੀ ਕੋ ਤੋਂ 8 ਕਿਲੋ ਇਹਦਾ ਲੀਟਰ ਵਾਲਾ ਦੇ ਦੇ। 8 ਕਿਲੋ ਹੈ ਜੀ? ਆ ਜਾਓ ਖਾਣ ਦੀ ਵੀ ਰੋਏ ਝੋਟੀ ਦਾ। ਆ ਜਾਓ ਤੇ ਕਾਟ ਕਾਟ ਬਹੁਤ ਆ ਜੀ। ਅੱਖਾਂ ਵੀ ਬਿੱਲੀਆਂ, ਦੋਵੇਂ ਬਿੱਲੀ ਹਨਾ ਜੀ? ਆ ਜਾਓ ਬਿੱਲੀਆਂ ਅੱਖਾਂ ਦੋਵੇਂ ਜੀ, ਤੇ ਬਹੁਤ ਵੱਡੀ ਝੋਟੀ ਆ। ਆ ਦੇਖੋ ਆ ਜਾਓ, ਮਹੀਨਾ ਲਾ ਲਓ, ਡੇਢ ਮਹੀਨਾ ਲਾ ਲਓ, ਦੋ ਮਹੀਨੇ ਲਾ ਲਓ ਜੀ, ਠੀਕ ਹੈ ਜੀ। ਤੇ ਬਹਿ ਕੇ ਝੋਟੀ ਦਾ ਕਾਟ ਕਾਟ ਬਹੁਤ ਆ, ਦੁੱਧ ਵਾਲੀ ਝੋਟੀ ਆ ਜੀ, ਘਮਾਓ ਵੀ ਜੀ ਮਾੜਾ ਜੀ। ਆ ਜਾਓ ਲੈ ਜਾ ਤੇ ਚਵਾਈ ਜੂ, ਠੀਕ ਹੈ ਜੀ ਬਿਲਕੁਲ। ਆ ਜੀ ਬੰਦ ਹੋ ਜੀ, ਉੱਥੇ ਬੰਦ ਨਿਕਲ ਲੈਣਾ ਦੋ, ਬਿਲਕੁਲ ਜੀ ਬਿਲਕੁਲ, ਠੀਕ ਹੈ ਬੰਦ ਹੋ ਵੀਰ ਜੀ। ਹਾਂਜੀ ਵੀਰ ਜੀ, ਰੇਟ ਵੀਰ ਬਿਲਕੁਲ ਜਾਇਜ਼। ਹਾਂਜੀ 58,000 ਦੀ ਝੋਟੀ ਦੇ ਦਾਂ। 58,000 ਦੀ ਦੇ ਦਾਂ? 58,000 ਮਾਨ ਤਾਂ ਕਰ ਦਾਂਗੇ, 57,000 ਦੇ ਦਾਂਗੇ ਵੀਰ। 1,000 ਰੁਪਏ ਮਾਨ ਦਾਂ। ਚਲੋ ਆ ਜਾਓ ਇੱਧਰ ਆ ਜਾਓ। ਇਹ ਝੋਟੀ ਵੀ ਤਾਂ ਨਾਮ ਹੀ ਨਹੀਂ ਗੱਬਣ ਆ। ਅੱਛਾ ਜੀ ਤੇ ਉਹ ਮਗਰ ਕਟਾ, ਠੀਕ ਹੈ ਜੀ। ਮੈਂ ਦੀ ਇੰਜ ਪਹਾੜੇ ਦੇ ਕਟਾ ਨਹੀਂ ਪਾਉਂਦੀ ਥਲੇ। ਅੱਛਾ ਠੀਕ ਹੈ, ਕਟਾ ਨਾਲ ਹੀ ਦੋਗੇ? ਹਾਂ ਕਟਾ ਨਾਲ ਦੇ ਦਾਂ। ਤੇ ਦੁੱਧ ਜੀ? ਤੇ ਨਾ ਮਹੀਨੇ ਕੱਪਣੇ 6 ਕਿਲੋ ਦੁੱਧ। 6 ਕਿਲੋ ਦੁੱਧ ਆ? 6 ਕਿਲੋ। ਆ ਦੇਖੋ ਜੀ 6 ਕਿਲੋ ਦੁੱਧ ਆ, 3 ਮਹੀਨੇ ਕੱਪਣਾ, ਕਟਾ ਨਾਲ ਦੇਣਗੇ। ਆ ਦੇਖੋ ਇਹ ਵੀ ਝੋਟੀ ਸੋਹਣੀ ਹੈ ਜੀ। ਕਿਹੜਾ ਸੂਆ ਆਊਗੀ ਜੀ? ਦੂਜਾ ਸੂਆ ਜੀ। ਹਾਂ ਗਾਂ ਸੋਹਣੀ, ਦੂਜੇ ਪਹਿਲਾਂ ਨਾ ਸੋਈ ਜੀ। ਅੱਛਾ ਪਹਿਲੇ ਸੋਈ ਆ, ਹੁਣ ਦੂਜਾ ਸੋਹਣੀ ਆ। ਆ ਦੇਖੋ ਜੀ, ਆ ਦੇਖੋ ਕਮਾਲੋ ਜੀ। ਆ ਦੇਖੋ ਚੈੱਕ ਕਰਾ ਕੇ ਦੋਗੇ ਜੀ? ਚੈੱਕ ਕਰਾ ਕੇ ਕਿਸੇ ਦਾ ਆਪ ਤੁਸੀਂ ਕਰਾਈ ਚੈੱਕ? ਚੈੱਕ ਕਰਾਈ ਵੀਰ? ਚਲੋ ਕੋਈ ਗੱਲ ਨਹੀਂ, ਜਿਹੜੇ ਵੀ ਵੀਰਾ ਚੈੱਕ ਕਰਾ ਕੇ ਲੈ ਕੇ ਜਾਵੇ ਆਪਦੀ, ਠੀਕ ਹੈ ਨਾ ਜੀ? ਹਾਂਜੀ ਬਿਲਕੁਲ ਜੀ ਬਿਲਕੁਲ। ਹਾਂ ਤੇ ਵੀਰ ਜੀ ਫਿਰ ਇਹਦੀ ਕੀਮਤ? ਪਹਾੜੇ ਦੇ ਵੀਰ ਮਿਲਦੀ ਆ, ਕੋਈ ਟੀਕਾ ਲੋੜ ਨਹੀਂ। ਪਹਿਲੇ ਦਿਨ ਆ ਕੇ ਨਾ ਟੀਕਾ ਲਵਾਇਆ। ਅੱਛਾ ਜੀ ਤੇ ਦੂਜੇ ਦਿਨ ਪਹਾੜੇ ਤੇ ਚੋਲੀ ਆ ਸਵੇਰੇ, ਠੀਕ ਹੈ ਜੀ। ਪਹਾੜੇ ਦੇ ਮੈਂ ਦੋਵੇਂ ਟਾਈਮ ਮਿਲਦੀ 6 ਕਿਲੋ ਦੁੱਧ ਤੇ 5 ਜਿਹੜਾ ਪੱਕਾ ਠੰਡਾ ਕਰਕੇ ਹੋਊਗਾ। ਬਸ ਠੀਕ ਆ। ਹਾਂਜੀ ਇਹਦੀ ਕੀਮਤ? ਕੀਮਤ ਵੀਰ ਝੋਟੀ ਪਵਾ ਸਿਆ ਨਾ ਗਾਂ ਤਿਆਰ ਕਰਨ ਵਾਲੀ ਹੈ, ਨਾਲੇ ਰਕਮ ਲਈ ਆ। ਹਾਂਜੀ 45,000 ਦੀ ਝੋਟੀ। 45,000 ਦੀ ਉਹਦਾ ਜੇ ਕਰ ਕੇ ਮਾਨ ਦਾ ਖੁੱਲੀ ਕਰ ਦੋਗੇ? ਕਰਦਾ 1000 ਰੁਪਏ ਕਰ ਦਾਂਗੇ। ਚਲੋ ਠੀਕ ਹੈ ਆ ਜਾ ਇਧਰ। ਇਹ ਵੀ ਵੀਰ ਝੋਟੀ ਸੋਈ ਹੈ ਤੇ ਆ ਬੱਚਾ ਗਾੜੀ ਇਹਦੇ ਮਰ ਕੱਟਾ, ਠੀਕ ਆ। ਇਹ ਵੀ ਹੋ ਗਏ 2 ਮਹੀਨੇ ਜੀ? ਨਹੀਂ ਦੋਵਾਂ ਦਾ ਵੀਰੇ ਅੰਦਰ ਹੀ ਆ, ਘੱਟ ਹੀ ਹੋਣੀ ਆ, ਠੀਕ ਆ। ਇੱਕੋ ਦੁੱਧ ਝੋਟੀ ਕੋ ਵੀਰ 10 ਕਿਲੋ ਹੋਊਗਾ? 10 ਕਿਲੋ ਦੁੱਧ ਆ ਜੀ। ਆ ਦੇਖੋ ਜੀ, ਆ ਦੇਖੋ, ਆ ਦੇਖੋ, ਠੀਕ ਹੈ ਜੀ। ਆ ਦੇਖੋ ਮੈਂ ਬਹੁਤ ਸੋਹਣੀ ਆ ਜੀ, ਦੁੱਧ ਵਾਲੀ ਆ, ਲੈ ਚਲੋ ਜੀ। ਆ ਦੇਖੋ ਵੀਰ ਜੀ ਐ ਚੋਈ ਜੂ, ਠੀਕ ਹੈ ਬਿਲਕੁਲ ਜੀ, ਬਿਲਕੁਲ ਓਕੇ, ਬਿਲਕੁਲ ਠੀਕ ਹੈ ਜੀ। ਥੋੜਾ ਚੱਡਰ ਥੋੜਾ ਟਾਈਟ ਰੱਖ ਦੇਣਾ ਜੀ, ਬਿਲਕੁਲ ਬਿਲਕੁਲ ਵੀ ਦੁੱਧ ਪੱਕਾ ਜਿਨਾਂ ਲੀਟਰ ਵਾਲਾ ਦੱਸਿਆ ਉਹਨਾਂ ਨਿਕਲੂਗਾ, ਠੀਕ ਹੈ। ਇਹਦੀ ਕੀਮਤ? ਕੀਮਤ ਵੀਰੇ ਵੀ 58 ਝੋਟੀ ਦੇ ਦਾ। ਇਹ ਵੀ 58,000 ਦੇ ਦੇਣਾ? 58 ਮਾਨਤਰ ਕਰ ਦੋ, ਕਰ ਦਾਂਗੇ ਮਾਨਤ। ਦੋ ਗਾਵਾਂ ਜੀ? ਗਾਵਾਂ ਵੀਰ ਦੋ, ਵਿਆੜ ਵੀਰ ਬਹੁਤ ਜ਼ਿਆਦਾ ਠੰਡੀ। ਅਗਰ ਬਰੀਡ ਵੇਖੋ ਵਿਆੜ ਦੇ ਜੀ। ਇਹ ਸੂਆ ਜੀ? ਸੂਆ ਵੀਰੇ ਆ ਕਾ ਦੂਜੇ ਸੂਏ ਸੋਣੀ, ਦੂਜਾ ਸੋਣੀ ਤੇ ਬਹੁਤ ਜ਼ਿਆਦਾ ਬਰੀਡ ਆ ਵਿਆੜ ਦੇ। ਆ ਦੇਖੋ ਚੰਗੇ ਰਿਕਾਰਡ ਵਾਲੀ ਲੱਗਦੀ ਜੀ। ਆ ਦੇਖੋ ਜੀ ਤੇ ਕਿੰਨੇ ਦੁੱਧ ਚੁਆਈ ਕਰਾਈ ਜੀ ਪਿੱਛੇ ਤੁਸੀਂ?
कीमत थोड़े बहुत सोहना थान है जी आखो जी बिलकुल सील ठंडी है बच्ची के बच्चा जी बच्चा आ गया जी यार ठीक है तो भाजी फिर इनकी कीमत हाँ जी पच्ची हजार की उन्दे जी कर दो माम साढ़े चौबीस चल चौबीस दे दे बस आही पशु जी तो देखो जी आ भी ना पशु बहुत सोहना रेट किया ठीक है चंगे रिकॉर्ड वाले हैं बाकी चला हाँ चंगे रिकॉर्ड वाली चोटिया तो उच्चे बच्चे चलो कोई गल नहीं बिलकुल।